ਸਸਵੇਕਾਲ ਜੀ ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਪਰਮਵੀਰ ਸਿੰਘਾਉਲਖ ਤੇ ਖਾਸ ਪ੍ਰੋਗਰਾਮ ਤਹਿਤ ਦਾ ਰੀਅਲ ਹੀਰੋਸ ਤੇ ਵਿੱਚ ਲਗਾਤਾਰ ਕਰੋਨਾ ਸੰਕਟ ਦੌਰਾਨ ਕਈ ਅਜਿਹੇ ਲੋਕ ਵੀ ਨੇ ਜੋ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਲੋਕ ਕਰੋਨਾ ਕਾਲ ਚ ਦਿਨ ਰਾਤ ਕੰਮ ਕਰ ਰਹੇ ਬਾਈ-ਬਾਈ ਘੰਟੇ ਜਨਤਾ ਦੀ ਸੇਵਾ ਚ ਲੱਗੇ ਹੋਏ ਨੇ ਅਜਿਹੇ ਕਰੋਨਾ ਯੋਧਿਆਂ ਚ ਡਾਕਟਰ, ਨਰਸ, ਪ੍ਰਿੰਸੀਪਲ, ਪੁਲਿਸ ਅਤੇ ਕਮਿਊਨਿਟੀ ਕਿਚਨ ਕੁੱਕ ਸ਼ਾਮਲ ਨੇ। ਅੱਜ ਜੀ ਪੰਜਾਬ, ਹਰਿਆਣਾ, ਹਿਮਾਚਲ ਤੁਹਾਨੂੰ ਅਜਿਹੇ ਹੀ ਕੁਝ ਰੀਅਲ ਹੀਰੋਸ ਨਾਲ ਰੂਬਰੂ ਕਰਵਾਏਗਾ ਜਿਨ੍ਹਾਂ ਨੇ ਕਰੋਨਾ ਕਾਲ ਚ ਸਮਾਜ ਲਈ ਮਿਸਾਲ ਪੇਸ਼ ਕੀਤੀ ਹੈ। कोरोना काल च कई अजेहे रियल हीरोज हन जो बिना किसे स्वार्थ तो लोका दी भलाई च आगे आए ने तानू दस्सी के अजेहे ही एक समाज सेवी हाना मोगा दे ਪਿੰਡ ਸਾਫੂ ਵਾਲਾ ਦੇ ਰਹਿਣ ਵਾਲੇ ਸਰਪੰਚ ਲਖਵੰਤ ਸਿੰਘ ਲਖਵੰਤ ਸਿੰਘ ਨੇ ਘਰ ਘਰ ਜਾ ਕੇ ਲੋਕਾਂ ਨੂੰ করোনা ਵੈਕਸੀਨ ਲਵਾਉਣ ਲਈ ਜਾਗਰੂਕ ਕੀਤਾ ਦੱਸਦੇ ਕਿ ਇਹ ਪੰਜਾਬ ਦਾ ਇੱਕੋ ਇੱਕ ਪਿੰਡ ਹੈ ਜਿੱਥੇ 45 ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਦਾ 100% ਦੀ ਵੈਕਸੀਨੇਸ਼ਨ ਹੋ ਚੁੱਕਾ ਹੈ ਮੁੱਖ ਮੰਤਰੀ ਕੈਪਟਨ ਨੇ ਵੀ ਟਵੀਟ ਕਰਕੇ ਪਿੰਡ ਦੀ ਸ਼ਲਾਘਾ ਕੀਤੀ ਹੈ। ਸੋ ਇਸ ਨੂੰ ਲੈ ਕੇ ਸਾਡੇ ਨਾਲ ਜੁੜ ਚੁੱਕੇ ਨੇ ਲਖਵੰਤ ਸਿੰਘ ਜੋ ਪਿੰਡ ਹੈ ਸਾਫੂ ਵਾਲਾ ਮੋਗਾ ਦਾ। ਲਖਵੰਤ ਸਿੰਘ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੀ ਪੰਜਾਬ ਹਰਿਆਣਾ ਹਿਮਾਚਲ ਤੇ ਹਾਂਜੀ ਤੁਹਾਡਾ ਜੀ ਨਿਊ ਚੈਨਲ ਦਾ ਬਹੁਤ-ਬਹੁਤ ਧੰਨਵਾਦ ਜੀ ਜਿਹੜਾ ਡਿਬੇਟ ਕਰ ਰਹੇ ਜੀ। ਲਖਵੰਤ ਸਿੰਘ ਜੀ ਸਭ ਤੋਂ ਪਹਿਲਾ ਸਵਾਲ ਤੇ ਜਵਾਬ ਵੀ ਅਸੀਂ ਤੁਹਾਡੇ ਤੋਂ ਜ਼ਰੂਰ ਲਵਾਂਗੇ ਤੇ ਜੋ ਚੁਣੌਤੀਆਂ ਆਈਆਂ ਨੇ ਇਸ ਕਰੋਨਾ ਕਾਲ ਦੇ ਵਿੱਚ ਲਗਾਤਾਰ ਤੁਸੀਂ ਹਿੰਮਤ ਤਖਾ ਕੇ ਲੋਕਾਂ ਦੇ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਇੱਕ ਵੱਡੀ ਮਿਸਾਲ ਪੇਸ਼ ਕੀਤੀ ਹੈ ਕਿਉਂਕਿ ਅਜਿਹੇ ਸਮੇਂ ਦੇ ਵਿੱਚ ਲੋਕ ਘਰਾਂ ਤੋਂ ਨਹੀਂ ਨਿਕਲ ਰਹੇ ਲੋਕਾਂ ਨੇ ਕਿਸੇ ਦੀ ਮਦਦ ਲਈ ਕਰਨ ਲਈ ਕੀ ਆ ਕਿਉਣਾ ਕਿਉਂਕਿ ਜਿਹੜੇ ਮਾਪੇ ਨੇ ਉਹ ਕਮਾਪੇ ਹੋ ਰਹੇ ਨੇ ਜਿਹੜੇ ਪੁੱਤ ਹੈ ਉਹ ਕਪੁੱਤ ਹੋ ਰਹੇ ਨੇ ਕਿਸ ਤਰ੍ਹਾਂ ਹੋ ਰਹੇ ਨੇ ਕਿਉਂਕਿ ਮਾਪਿਆਂ ਨੂੰ ਘਰੇ ਨਹੀਂ ਵੜਨ ਦਿੱਤਾ ਜਾ ਰਿਹਾ ਕਿਉਂਕਿ ਇਹ ਕਰੋਨਾ ਮਰੀਜ਼ ਨੇ ਇਸ ਕਰਕੇ ਅਸੀਂ ਲਾਸ਼ਾਂ ਜੋ ਹੈ ਉਹ ਸੁੱਟ ਕੇ ਜਾ ਰਹੇ ਨੇ ਜੋ ਪਰਿਵਾਰਕ ਮੈਂਬਰ ਨੇ ਪਰ ਅਜਿਹੇ ਵਿੱਚ ਤੁਸੀਂ ਮਿਸਾਲ ਪੇਸ਼ ਪੇਸ਼ ਕੀਤੀ ਹੈ ਲਖਵੰਤ ਸਿੰਘ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਤੁਹਾਡੇ ਪਿੰਡ ਦੀ ਤੁਸੀਂ ਇਸ ਪਿੰਡ ਦੇ ਸਰਪੰਚੋਂ ਕੀ ਕੁਝ ਮੁਸ਼ਕਲਾਂ ਨੇ ਪਿੰਡ ਦੀਆਂ ਇਸ ਕਰੋਨਾ ਕਾਲ ਨੂੰ ਲੈ ਕੇ ਵੇਖੋ ਜੀ ਅਸੀਂ ਕਰੋਨਾ ਇੱਕ ਬਹੁਤ ਹੀ ਧਿਆਨ ਖਮਾ ਮਾਰੀ ਆ ਅਸੀਂ ਲੋਕਾਂ ਨੂੰ ਘਰ ਘਰ ਜਾ ਕੇ ਸਮਝਾਇਆ ਵੀ ਕਰੋਨਾ ਵਰਗੇ ਵਾਇਰਸ ਤੋਂ ਬਚਣਾ ਚਾਹੀਦਾ ਹਰ ਦੋ ਟੂ ਡੋਰ ਜਾ ਕੇ ਅਸੀਂ ਲੋਕਾਂ ਨੂੰ ਘਰੋਂ ਕੱਢ ਕੱਢ ਕੇ ਵੈਕਸੀਨ ਕਰਾਈ ਆ ਜੀ ਬਿਲਕੁਲ ਜੇਕਰ ਗੱਲ ਮੁੱਖ ਮੰਤਰੀ ਦੀ ਕੀਤੀ ਜਾਵੇ ਲਖਵੰਤ ਸਿੰਘ ਤਾਂ ਉਹਨਾਂ ਨੇ ਟਵੀਟ ਕਰਕੇ ਪਿੰਡ ਦੀ ਸਿਫਤ ਕੀਤੀ ਹੈ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ ਕਿਉਂਕਿ ਮੁੱਖ ਮੰਤਰੀ ਨੂੰ ਦੇਸ਼ ਵਿਦੇਸ਼ ਹਰ ਕੋਈ ਫੋਲੋ ਕਰਦਾ ਹੈ ਹਰ ਕੋਈ ਦੇਖ ਰਿਹਾ ਹੈ ਤੇ ਮੋਗਾ ਦੇ ਪਿੰਡ ਸਾਫੂ ਵਾਲਾ ਦੀ ਉਹਨਾਂ ਵੱਲੋਂ ਮਿਸਾਲ ਜੋ ਹੈ ਲੋਕਾਂ ਨੂੰ ਦਿੱਤੀ ਗਈ ਹੈ ਕਿ ਅਜੇਹੇ ਵਿੱਚ 100% ਦੀ ਲੋਕਾਂ ਨੇ ਕਰੋਨਾ ਵੈਕਸੀਨੇਸ਼ਨ ਲਵਾਈ ਹੈ ਉਹ ਵੀ ਪਿੰਡ ਦੇ ਲੋਕਾਂ ਨੇ ਅਸੀਂ ਕੈਪਟਨ ਸਾਹਿਬ ਦਾ ਬਹੁਤ ਬਹੁਤ ਹੀ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਸਾਨੂੰ ਟਵੀਟ ਤੇ ਮਤਲਬ ਧੰਨਵਾਦ ਕੀਤਾ ਕੌਕਿ ਅਸੀਂ ਮਿਹਨਤੀ ਬੜੀ ਕੀਤੀ ਹੈ ਜੀ ਘਰ ਘਰ ਜਾ ਕੇ ਕਰੋਨਾ ਇੱਕ ਮੌਤ ਦੀ ਭਿਆਨਕ ਮਹਾਮਾਰੀ ਆ ਜੇ ਇਹਨਾਂ ਤੋਂ ਬਚਣ ਲਈ ਅਸੀਂ ਦੋਰ ਟੂ ਦੋਰ ਜਾ ਕੇ ਅਸੀਂ ਲੋਕਾਂ ਨੂੰ ਸਮਝਾਇਆ ਵੀ ਆਪਾਂ ਨੂੰ ਵੈਕਸੀਨ ਕਰਾਉਣੀ ਚਾਹੀਦੀ ਹੈ ਜੇ ਨਾ ਕਰਾਂਗੇ ਤਾਂ ਇਹ ਘਾਤគ្រੂਪ ਕਰ ਸਕਦੀ ਹੈ ਸਰਪੰਚ ਸਾਹਿਬ ਜੇ ਗੱਲ ਕਰਤੀ ਆਵੇ ਲੋਕਾਂ ਦੀ ਜੇਕਰ ਲੋਕਾਂ ਦੀ ਗੱਲ ਕਰੀ ਜਾ ਤਾਂ ਲੋਕ ਕੀ ਸੁਚੇਤ ਨਹੀਂ ਸੀਗੇ ਜਾਗਰੂਕ ਨਹੀਂ ਸੀਗੇ ਤੁਹਾਡੇ ਆਖੇ ਲਾ ਕੇ ਤੁਹਾਡੇ ਤੇ ਵਿਸ਼ਵਾਸ ਕਰਕੇ ਹੀ ਲੋਕ ਬਾਹਰ ਆਏ ਨੇ ਪਹਿਲਾਂ ਪਤਾ ਗੱਲ ਜੀ ਪਹਿਲਾਂ ਲੋਕੀ ਬੜੇ ਡਰੇ ਹੋਏ ਸੀਗੇ ਲੋਕਾਂ ਦੇ ਵਿੱਚ ਵਹਿਮ ਬੜਾ ਜ਼ਿਆਦਾ ਸੀ ਅਸੀਂ ਘਰ ਘਰ ਜਾ ਕੇ ਨੂੰ ਸਮਝਾਇਆ ਤੇ ਇੱਕ ਆਪਾਂ ਜਿਹੜਾ ਹੈ ਕਨਾ ਵੈਕਸੀਨ ਕਰਾਉਣੀ ਪੈਂਦੀ ਆ ਵੈਕਸੀਨ ਕਰਾਉਣ ਦੇ ਨਾਲ ਆਪਾਂ ਬੱਸ ਸਕਦੇ ਆ ਜੀ ਲੋਕਾਂ ਨੂੰ ਘਰ-ਘਰ ਜਾ ਕੇ ਸਾਨੂੰ ਡੋਰ ਟੂ ਡੋਰ ਜਾ ਕੇ ਦੋ-ਦੋ ਟਾਈਮ ਤਿੰਨ-ਤਿੰਨ ਟਾਈਮ ਜਾ ਕੇ ਸਾਨੂੰ ਉਹਨਾਂ ਨੇ ਕਲਾਸਾਂ ਨੂੰ ਵਾਲੀ ਗੱਲ ਕੀਤੀ ਉਹਨਾਂ ਨੂੰ ਸਮਝਾਇਆ ਜੀ ਫਿਰ ਸਾਨੂੰ ਉਹਨਾਂ ਲੋਕਾਂ ਪਰ ਕੱਢ ਕੇ ਲਿਆਂਦਾ ਜੀ ਜੇਕਰ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਮੋਗਾ ਦੇ ਪ੍ਰਸ਼ਾਸਨ ਨੇ ਤੁਹਾਡਾ ਕਿੰਨਾ ਕੁ ਸਾਥ ਦਿੱਤਾ ਹੈ ਜੇਕਰ ਪੁਲਿਸ ਮੁਲਾਜ਼ਮਾਂ ਦੀ ਗੱਲ ਕੀਤੀ ਜਾਵੇ ਜਾਂ ਡਾਕਟਰਾਂ ਦੀ ਗੱਲ ਕੀਤੀ ਜਾਵੇ ਕਿਉਂਕਿ ਲਗਾਤਾਰ ਜੇਕਰ ਕੋਈ ਕਰੋਨਾ ਮਰੀਜ਼ ਆਉਂਦਾ ਹੈ ਤਾਂ ਉਸ ਨੂੰ ਭਰਤੀ ਕਰੋਨਾ ਪੈਂਦਾ ਹੈ ਕਿ ਕੋਈ ਅਜਿਹੀਆਂ ਮਸੀਬਤਾਂ ਹਸਪਤਾਲਾਂ ਦੇ ਤੇ ਨਹੀਂ ਆਈਆਂ ਕਿੰਦਾ ਦਾ ਸਾਥ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਸਾਨੂੰ ਐਮਐਲਏ ਸਾਹਿਬ ਸਜੋਤ ਕਮਲਜੀ ਵੱਲੋਂ ਐਸਐਮਓ ਇੰਦਰਬੀਢੋਲੀਪਾਈ ਵੱਲੋਂ ਸਾਡੀ ਜਿਹਨੇ ਪਿੰਡ ਦੀ ਟੀਮ ਪੂਰਾ ਸਜੋਤ ਤੱਕ ਡੋਰ ਟੂ ਡੋਰ ਜਾ ਕੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਅਸੀਂ ਸਮਝਉਂਦੇ ਸਾਨੂੰ ਐਮਐਲਏ ਸਾਹਮਣੇ ਬੜੀ ਪ੍ਰੇਰਣਾ ਕੀਤੀ ਹੈ ਜੀ ਵੀ ਤੁਸੀਂ ਆਪਣਾ ਵੈਕਸੀਨ ਕਰਾਓ ਜੀ ਤੇ ਜੇਕਰ ਲਖਵਾਂਜੀ ਗੱਲ ਕੀਤੀ ਜਾਵੇ ਜਿਹੜੇ ਕਰੋਨਾ ਮਰੀਜ਼ ਨੇ ਉਹ ਹਸਪਤਾਲਾਂ ਦੇ ਵਿੱਚ ਦਾਖਲ ਨੇ ਜਾਂ ਕਿਤੇ ਤੁਸੀਂ ਆਪਣੀ ਕੋਈ ਵੱਖਰੀ ਥਾਂ ਬਣਾਈ ਹੈ ਜੇਕਰ ਕੋਈ ਗਰੀਬ ਵਰਗ ਦਾ ਬੰਦਾ ਹੈ ਜਾਂ ਗਰੀਬ ਵਰਗ ਦੀ ਔਰਤ ਹੈ ਉਸ ਨੂੰ ਕਿਤੇ ਵੱਖਰੀ ਥਾਂ ਤੇ ਕੋਈ ਕਵਾਰਨਟਾਈਨ ਕਰਨ ਵਾਸਤੇ ਕੋਈ ਸਥਾਨ ਬਣਾਈ ਗਈ ਹੈ ਕਿ ਹਸਪਤਾਲਾਂ ਦੇ ਵਿੱਚ ਹੀ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਜਾ ਕੇ ਅਜੇ ਨਾਲ ਸਾਡੇ ਕੋਈ ਕੋਨਾ ਮਤਲਬ ਮਰੀਜ਼ ਨਹੀਂ ਸੀ ਆਇਆ ਜਿਹੜਾ ਅੱਗੇ ਸਾਡੇ ਪਹਿਲਾਂ ਵੀ ਐਸੀ ਆਪਣੇ ਸਰਕਾਰੀ ਹਸਪਤਾਲ ਸੀ ਉਸ ਉੱਥੇ ਆਪਣੀ ਆਪ ਦੀ ਜਗ੍ਹਾ ਤਿਆਰ ਕੀਤੀ ਹੋਈ ਸੀ ਜੀ ਜੇਕਰ ਗੱਲ ਕੀਤੀ ਜਾਵੇ ਲਖਵੰਤ ਜੀ ਦੇ ਲੋਕਾਂ ਦੇ ਵਿੱਚ ਕਿਉਂਕਿ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਪ੍ਰਵਾਸੀ ਮਜ਼ਦੂਰ ਵੀ ਪਲਾਈਨ ਕਰ ਗਏ ਸੀਗੇ ਲੋਕਡਾਊਨ ਦੇ ਡਰ ਤੋਂ ਹਾਲਾਂਕਿ ਪਿੰਡਾਂ ਦੇ ਵਿੱਚ ਇਹ ਜੋ ਫਸਲ ਵਾਢੀ ਹੋਈ ਹੈ ਉਸ ਨੂੰ ਲੈ ਕੇ ਵੀ ਕਾਫੀ ਚਿੰਤਾ ਜੋ ਸਾਹਮਣੇ ਆਈ ਸੀਗੀ ਲੋਕ ਜਿਹੜੇ ਅਜਿਹੇ ਲੋਕ ਨੇ ਪ੍ਰਵਾਸੀ ਮਜ਼ਦੂਰ ਨੇ ਪਿੰਡਾਂ ਦੇ ਵਿੱਚ ਅਕਸਰ ਹੀ ਹੁੰਦੇ ਨੇ ਉਹਨਾਂ ਦੀ ਕਿਸ ਤਰ੍ਹਾਂ ਤੁਹਾਡੇ ਵੱਲੋਂ ਸਹਾਇਤਾ ਕੀਤੀ ਗਈ ਹੈ ਜੇਕਰ ਖਾਣ ਪੀਣ ਦੀ ਗੱਲ ਕੀਤੀ ਜਾਵੇ ਕਿਉਂਕਿ ਜਦੋਂ ਲੋਕਡਾਊਨ ਲੱਗ ਜਾਂਦਾ ਹੈ ਤਾਂ ਲਗਾਤਾਰ ਬਿਲਕੁਲ ਹੀ ਖਾਣ ਪੀਣ ਦਾ ਰੋਜਗਾਰ ਦਾ ਸਾਧਨ ਬੰਦ ਹੋ ਜਾਂਦਾ ਤੇ ਤੁਸੀਂ ਉਸ ਜੇਕਰ ਪਿਛਲੇ ਸਾਲ ਦੀ ਗੱਲ ਕਰੀਏ ਤੁਸੀਂ ਲਗਾਤਾਰ ਇਹ ਸੇਵਾ ਨਿਭਾਉਂਦੇ ਆ ਰਹੇ ਹੋ ਪਿਛਲੇ ਸਾਲ ਤੋਂ ਲੈ ਕੇ ਅੱਜ ਤੱਕ ਵੈਕਸੀਨੇਸ਼ਨ ਤੱਕ ਤੇ ਉਹਨਾਂ ਲੋਕਾਂ ਦੀ ਤੁਸੀਂ ਕਿਦਾਂ ਸੇਵਾ ਕੀਤੀ ਹੈ ਅਸੀਂ ਸਮੁੱਚੇ ਆਪਣੇ ਨਗਰ ਨੇ ਰਲ ਕੇ ਐਨਆਰਿ ਭਰਾਵਾਂ ਨੇ ਰਲ ਕੇ ਜੀ ਅਸੀਂ ਉਹਨਾਂ ਨੂੰ ਕਿਤੇ ਕਿਤੇ ਜਾਣ ਦੀ ਲੋੜ ਨਹੀਂ ਅਸੀਂ ਉਹਨਾਂ ਦੇ ਘਰ ਘਰ ਜਾ ਕੇ ਅਸੀਂ ਰਾਸ਼ਨ ਬਚਾਇਆ ਜੀ ਤਿੰਨ ਚਾਰ ਵਾਰ ਅਸੀਂ ਮਤਲਬ ਰਾਸ਼ਨ ਇਕੱਠਾ ਕਰ ਕਰਕੇ ਅਸੀਂ ਉਹਨਾਂ ਨੂੰ ਡੋ ਟੂ ਡੋਰ ਜਾ ਕੇ ਅਸੀਂ ਉਹ ਵੀ ਜਸਤਰਾ ਵੈਕਸੀਨ ਕਰਾਈਆਂ 2 2 ਡੋਜ਼ ਜੇ ਕੋਈ ਤੁਸੀ ਬਾਹਰ ਨਹੀਂ ਕਿਤੇ ਜਾਣਾਗਾ ਆਪਣੇ ਘਰ ਚ ਰਹਿਣਾ ਘਰ ਤੋਂ ਬਾਹਰ ਨਹੀਂ ਰਹਿਣਾ ਤੁਸੀ ਬਿਲਕੁਲ ਤੇ ਜੇਕਰ ਗੱਲ ਕੀਤੀ ਜਾਵੇ ਸਰਕਾਰਾਂ ਦੀ ਜੇਕਰ ਲਖਵੰਜੀ ਆਪਾਂ ਗੱਲ ਕਰੀਏ ਸਰਕਾਰੀ ਦਰਬਾਰੇ ਦੀ ਤਾਂ ਕਿਦਾਂ ਦਾ ਤੁਸੀਂ ਮੰਨਦੇ ਹੋ ਕਿ ਸਰਕਾਰਾਂ ਕਿਹੋ ਜੀਆਂ ਕੰਮ ਕਰ ਰਹੀਆਂ ਨੇ ਚਾਹੇ ਕੇਂਦਰ ਦੀ ਸਰਕਾਰ ਹੈ ਚਾਹੇ ਪੰਜਾਬ ਸਰਕਾਰ ਹੈ ਕਿਉਂਕਿ ਮਾਹੌਲ ਜੋ ਹੈ ਤਣਾਪੂਰਨ ਹੋਏ ਪਏ ਨੇ ਲੋਕ ਡਰੇ ਹੋਏ ਨੇ ਲਗਾਤਾਰ ਮੌਤਾਂ ਦਾ ਸلسਲਾ ਵੀ ਲਗਾਤਾਰ ਜਾਰੀ ਹੈ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਤੁਸੀਂ ਆંકੜੇ ਦੇਖ ਰਹੇ ਹੋ ਲਗਾਤਾਰ ਵੱਧਦੇ ਜਾ ਰਹੇ ਨੇ ਇਸ ਇਸ ਵਿਚਾਲੇ ਤੁਸੀਂ ਕਿਸ ਨੂੰ ਜ਼ਿੰਮੇਵਾਰ ਠਰੋਂਦੇ ਹੋ ਲੋਕਾਂ ਨੂੰ ਜ਼ਿੰਮੇਵਾਰ ਠਰੋਂਦੇ ਹੋ ਜਾਂ ਸਰਕਾਰਾਂ ਨੂੰ ਨਹੀਂ ਮੈਂ ਤਾਂ ਆਪਣੇ ਲੋਕ ਕੀ ਹੈ ਜਿਹੜੇ ਮਤਲਬ ਇੰਨੇ ਕਿ ਜ਼ਿਆਦਾ ਲੋਕੀ ਕਹਿ ਰਹੇ ਕੋਰੋਨਾ ਹੈ ਹੀ ਨਹੀਂਗਾ ਜੀ ਕੋਈ ਆਪਣੇ 마스크 ਨਹੀਂ ਲਾ ਰਿਹਾ ਲੋਕਾਂ ਨੂੰ ਸਮਝਾਇਆ ਜਾ ਰਿਹਾ ਸਰਕਾਰ ਤਾਂ ਬੜਾ ਰੋਲਾ ਪਾ ਰਹੀ ਹੈ ਵੀ ਆਪਣਾ 마스크 ਲਾਓ ਮਤਲਬ ਸਭ ਕੁਝ ਕਰੋ ਸਰਕਾਰ ਦਾ ਪੂਰਾ ਸਹਿਯੋਗ ਹੈ ਜੀ ਸਾਡੇ ਐਮਐਲਏ ਸਾਹਿਬ ਸਾਨੂੰ ਮਤਲਬ ਦਿਨਪੁਰਾ ਤੇ ਪ੍ਰੇਰਨਾ ਕਰ ਰਹੇ ਵੀ ਤੁਸੀਂ ਆਪ ਦਾ ਪੂਰਾ ਪਿੰਡ ਨੂੰ ਆਪ ਦਾ ਕਵਰ ਕਰਕੇ ਰੱਖੋ ਟੀਕਾ ਕਰਨ ਕਰਾਓ ਉਹਦਾ ਉਹਨਾਂ ਨੂੰ ਲੋਕਾਂ ਨੂੰ ਸਹੂਲਤਾਂ ਪਹੁੰਚਾਓ ਵੱਤਵਾ ਜਿੰਨੀਆਂ ਆਉਂਦੀਆਂ ਜੀ ਹੂੰ ਤੇ ਸਰਕਾਰ ਵੱਲੋਂ ਕਿਸ ਤਰ੍ਹਾਂ ਦੀ ਸਹਾਇਤਾ ਦਿੱਤੀ ਜਾ ਰਹੀ ਹੈ ਤੁਹਾਨੂੰ ਨੇ ਸਰਕਾਰ ਵੱਲੋਂ ਸਾਨੂੰ ਕੈਪਟਨ ਸਾਹਿਬ ਨੇ ਆਖਿਆ ਤੁਹਾਨੂੰ ਨਗਰ ਨੂੰ 100% ਅਸੀਂ ਆਪਣਾ ਪੂਰਾ ਕਰੀਅਰ ਕਰਤਾ ਜੀ 850 75 ਵੈਕਸੀਨ ਕਰਾਤੀ ਆ ਜੀ ਜੋ ਕਿ ਸਾਡੀ 100% ਜੀ ਪੂਰੀ ਦੀ ਪੂਰੀ ਅਸੀਂ ਸਾਰੇ ਕਰਾ ਚੁੱਕੇ ਆ ਜੀ ਜੀ ਮੈਂ ਉਹੀ ਗੱਲ ਕਰ ਰਿਹਾ ਸੀਗਾ ਕਿ 100% ਤੁਸੀਂ ਪੂਰੀ ਕੀਤੀ ਹੈ ਵੈਕਸੀਨੇਸ਼ਨ ਮੈਂ ਉਹੀ ਤੁਹਾਨੂੰ ਸਵਾਲ ਪੁੱਛਣਾ ਚਾ ਰਿਹਾ ਸੀਗਾ ਕਿ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਸੀਗੇ ਕਿਉਂਕਿ ਵੈਕਸੀਨੇਸ਼ਨ ਤਾਂ ਪਿੱਛੋਂ ਹੀ ਆਉਣੀ ਸੀਗੀ ਸਰਕਾਰ ਕੋਲੋਂ ਹੀ ਆਉਣੀ ਸੀਗੀ ਉਸ ਵਿੱਚ ਕੋਈ ਥੋੜਤ ਨਹੀਂ ਆਈ ਕੋਈ ਡਾਕਟਰਾਂ ਦੀ ਥੋੜਤ ਨਹੀਂ ਆਈ ਕੋਈ ਕਮੀ ਪੇਸ਼ੀ ਦੀ ਨਹੀਂ ਆਈ ਮੈਂ ਉਹੀ ਸਵਾਲ ਤੁਹਾਨੂੰ ਕਰ ਰਿਹਾ ਇਹ ਵੈਕਸੀਨ ਦੀ ਤਾਂ ਥੋੜੀ ਜਿਹਾ ਆ ਰਹੀ ਸੀ ਪ੍ਰੋਬਲਮ ਜਿਹੜੀ ਆਪਾਂ ਕਹਿੰਦੇ ਡਾਕਟਰਾਂ ਵੱਲੋਂ ਜੀ ਐਸ ਐਮ ਵੱਲੋਂ ਸਾਰੋਂ ਸਾਨੂੰ ਮਤਲਬ ਆਪ ਲਿਆ ਬਾਸਿਓ ਲਿਆ ਲਿਆ ਕਿ ਵੈਕਸੀਨ ਦਿੰਦੇ ਰਹੇ ਵੀ ਤੁਸੀਂ ਮਤਲਬ ਦਾ ਪੈਂਡ ਕਵਰ ਕਰੋ ਕਿਉਂਕਿ ਅਸੀਂ ਮਤਲਬ ਪੂਰਾ ਜੋਰ ਲਾਇਆ ਸੀ ਅਸੀਂ ਅਸੀਂ ਮਤਲਬ ਪੈਂਡ ਦੇ ਵਿੱਚ ਲੋਕਾਂ ਨੂੰ ਜਾਗਰਤ ਕੀਤਾ ਹੋਇਆ ਸੀ ਅਭੀ ਆਪਾਂ ਵੈਕਸੀਨ ਕਰਾਉਣੀ ਆ ਕਿਉਂਕਿ ਕਰੋਨਾ ਇੱਕ ਬਹੁਤ ਹੀ ਮਹਾਮਾਰੀ ਆ ਜਿਹਨੂੰ ਆਪਾਂ ਬਚਿਆ ਜਾ ਸਕਦੇ ਜੀ ਜੀ ਤਾਂ ਜੇਕਰ ਗੱਲ ਕੀਤੀ ਜਾਵੇ ਲੋਕਾਂ ਦੀ ਲੋਕ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਲਾਪਰਵਾਹ ਦਿਖੇ ਜਾਪਦੇ ਨੇ ਬਿਨਾਂ ਕੰਮ ਤੋਂ ਸੜਕਾਂ ਦੇ ਉੱਤੇ ਆਵਾਜਾਈ ਹੋ ਰ ਕੀ ਕਹਿਣਾ ਚਾਹੋਗੇ ਅਜਿਹੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਨਹੀਂ ਅਸੀਂ ਤਾਂ ਲੋਕਾਂ ਨੂੰ ਜਿਹੜਾ ਆਪਣਾ ਪਿੰਡ ਲਾ ਲੋ ਬਾਹਰਲੇ ਪਿੰਡਾਂ ਦੇ ਵੀ ਇਹ ਕਹਿੰਨੇ ਆ ਵੀ ਵੱਧ ਤੋਂ ਵੱਧ ਮਾਤਾ ਵੀ ਮਾਸਕ ਲਾ ਕੇ ਰੱਖੋ ਆਪਣੇ ਹੱਥਾਂ ਨੂੰ ਧੋ ਕੇ ਰੱਖੋ ਸੈਨੀਟਾਈਜ਼ ਕਰੋ ਵੱਧ ਤੋਂ ਵੱਧ ਜਿੰਨਾ ਵੀ ਆਪਾਂ ਘਰਾਂ ਵਿੱਚ ਰਵਾਂਗੇ ਤੇ ਆਪਾਂ ਕੋਰੋਨਾ ਤੋਂ ਬਚ ਸਕਦੇ ਆ ਜੇ ਜੇ ਆਪਾਂ ਖੁੱਲੇ ਹੋ ਗਏ ਤਾਂ ਇਹ ਮਹਾਮਾਰੀ ਆ ਜੀ ਆਪਾਂ ਨੂੰ ਆਪਣੇ ਵਿੱਚ ਵਾਇਰਸ ਆਪਾਂ ਨੂੰ ਕਵਰ ਕਰ ਸਕਦਾ ਜੀ ਜੀ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਸਰਪੰਚ ਸਾਹਿਬ ਤੁਹਾਡੇ ਲਾਗਲੇ ਪਿੰਡਾਂ ਦੇ ਜਿਹੜੇ ਸਰਪੰਚ ਨੇ ਉਹ ਵੀ ਕੁਝ ਸੇਧ ਲੈ ਰਹੇ ਨੇ ਤੁਹਾਡੇ ਤੋਂ ਕੁਝ ਸਕੇ ਆ ਉਹਨਾਂ ਨੇ ਨਹੀਂ ਬਿਲਕੁਲ ਜੀ ਸਾਡਾ ਇੱਕ ਨਾ ਸਾਡੇ ਜਿੰਨੇ ਵੀ ਆਪਣੇ ਬਤੀ ਤਿੱਤੀ ਪਿੰਡਾਂ ਆ ਜੀ ਉਹ ਇਸ ਪੂਰੀ ਦੌੜ ਦੇ ਵਿੱਚ ਐਸਐਮਓ ਸਾਡਾ ਜਿਹੜੇ ਇੰਦਰਬੀਰ ਸਿੰਘ ਬਹੁਤ ਹੀ ਸਖਤ ਮਿਹਨਤ ਕਰ ਰਿਹਾ ਐ ਐਮਐਲਏ ਸਾਡਾ ਹਰ ਸਰਪੰਚਾਂ ਨੂੰ ਸਮਝਾ ਰਹੇ ਆ ਵੀ ਤੁਸੀਂ ਮਤਲਬ ਵੀ ਆਪਣੇ ਪਿੰਡਾਂ 'ਚ ਵੈਕਸੀਨ ਕਰਾਓ ਆਪਣੇ ਪਿੰਡਾਂ ਦੇ ਰਾਸ਼ਨ ਵੰਡੋ ਕੋਈ ਗਰੀਬ ਮਤਲਬ ਗਰੀਬ ਨੂੰ ਕਰੋ ਕਿਸੇ ਤਰ੍ਹਾਂ ਦੀ ਕੋਈ ਆਫਤ ਨਾ ਆਵੇ ਪੂਰਾ ਅਸੀਂ ਪੂਰਾ ਸਹਿਯੋਗ ਦੇ ਰਹੇ ਜਿੰਨੇ ਜਿੰਨੇ ਆਪਣੇ ਮੋਗਾ ਟੂ ਦੇ ਪਿੰਡਾਂ ਸਾਰੇ ਕਰ ਰਹੇ ਆ ਜੀ ਜੀ ਬਿਲਕੁਲ ਸਰਪੰਚ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਸਾਡੇ ਨਾਲ ਗੱਲਬਾਤਾਂ ਕੀਤੀਆਂ ਅਤੇ ਦਿਲੋਂ ਤੁਹਾਡਾ ਬਹੁਤ ਧੰਨਵਾਦ ਹੈ ਜੋ ਤੁਸੀਂ ਲੋਕ ਭਲਾਈ ਦਾ ਲੋਕ ਸੇਵਾ ਦਾ ਕੰਮਕਾਰ ਕਰ ਰਹੇ ਹੋ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਤੇ ਤੁਸੀਂ ਇਸੇ ਤਰ੍ਹਾਂ ਹੀ ਆਪਣਾ ਜੋ ਤੁਹਾਡੀ ਰੁਟੀਨ ਹੈ ਲੋਕ ਸੇਵਾ ਦੀ ਤੁਸੀਂ ਇਸੇ ਤਰ੍ਹਾਂ ਹੀ ਜਾਰੀ ਰੱਖੋ ਬਹੁਤ-ਬਹੁਤ ਧੰਨਵਾਦ ਹਾਂਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਨੂੰ YouTube ਚੈਨਲ ਦਾ